ਸਤਿ ਸ਼੍ਰੀ ਅਕਾਲ ਜੀ, ਨਾਲ ਨਮਸਕਾਰ ਜੀ। ਬੋਧਰਾ ਟੇਲਰ ਦੇ ਤੁਹਾਡਾ ਸਾਰਾ ਸਵਾਗਤ ਕਰਦੇ ਹਾਂ। ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਜਿਹੜਾ ਕੁੜਤੀ ਹੁੰਦੀ ਹੈ ਸਾਈਡ 'ਤੇ ਚੋਣਾਂ ਵਾਲੀ, ਉਹਨੂੰ ਕਿੱਦਾਂ ਕਟਿੰਗ ਕਰਨੀ ਹੈ ਅਤੇ ਸਟਿਚਿੰਗ ਕਰਨੀ ਹੈ। ਵੀਡੀਓ ਪੂਰੀ ਧਿਆਨ ਨਾਲ ਦੇਖਣਾ, ਐਂਡ ਤੱਕ ਦੇਖਣਾ ਤਾਂ ਹੀ ਤੁਹਾਨੂੰ ਸਮਝ ਲੱਗੇਗੀ ਜਿਹੜੀ ਸਾਈਡ 'ਤੇ ਪਲੇਟਸ ਨੂੰ ਕਰਨ ਦੇ ਪੈਂਦੇ ਨੇ। ਅਤੇ ਇਹਦੀ ਜਿਹੜੀ ਇੱਕ ਵਾਰ ਦਾ ਧਿਆਨ ਰੱਖਣਾ, ਕਟਿੰਗ ਅੱਗੇ ਦਾ ਘੇਰਾ ਜਿਹੜਾ ਨੋਰਮਲ ਆਪਾਂ ਹਿੱਪ ਤੋਂ 3 ਇੰਚ ਲੂਜ਼ ਰੱਖੀਦਾ ਵਾ, ਇਹਦੇ ਵਿੱਚ ਤੁਸੀਂ ਹਿੱਪ ਤੋਂ 8 ਇੰਚ ਲੂਜ਼ਿੰਗ ਪਾਉਣੀ ਆ, ਤਾਂ ਕਿ ਉੱਤੇ ਜਿਹੜੇ ਪਲੇਟ ਪੈਂਦੇ ਨੇ ਉਹਨਾਂ ਕੱਪੜਾ ਘੱਟ ਜਾਂਦਾ ਵਾ। ਅਤੇ ਆਓ ਆਪਾਂ ਹੁਣ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਇਹਦਾ ਤੀਰਾ ਆਪਾਂ ਰੱਖਣਾ ਵਾ, ਜਿੱਦਾਂ ਆਮ ਨੋਰਮਲ ਕਟਿੰਗ ਕਰੀ ਦੀ ਆ, ਤੀਰਾ ਆਪਾਂ ਰੱਖਣਾ ਵਾ 7 ਇੰਚ। 7 ਇੰਚ ਆਪਾਂ ਤੀਰਾ ਰੱਖਣਾ ਵਾ। ਇਹਦਾ ਗਲਾ ਆਪਾਂ 7 ਤਾਰ ਖੇਰਾ, ਉਹ ਮਤਲਬ ਕਿ ਥੋੜ੍ਹਾ ਘੱਟ ਰੱਖਣਾ ਵਾ ਬੈਕ ਤੋਂ ਡੀਪ। ਇਹਦੇ ਤੀਰੇ 'ਤੇ ਬੈਕ ਗਲੇ ਡੀਪ ਦੇ ਮੁਤਾਬਿਕ ਤੀਰਾ ਰੱਖੀਦਾ ਵਾ। ਜਿੰਨਾ ਆਪਾਂ ਉੱਤੋਂ ਰੱਖਿਆ ਵਾ ਉੱਤੋਂ ਥੋੜ੍ਹਾ ਆਪਾਂ ਥੋੜ੍ਹਾ ਮਾੜਾ ਜਿਹਾ 2 ਸੂਤਰ ਘਟਾਉਣਾ ਹੁੰਦਾ ਵਾ ਥੱਲੋਂ। ਮੋਢਾ ਆਪਾਂ ਰੱਖਣਾ ਵਾ 7.5। ਪੌਣੇ 7 ਆਪਾਂ ਰੱਖਿਆ ਮੋਢਾ, ਤਾਂ ਆਪਾਂ ਚੈਸਟ ਰੱਖਾਂਗੇ 4/4 ਲੈਣਾ ਚੈਸਟ ਦਾ। ਸਾਢੇ ਨੌ ਆਪਾਂ ਲੈ ਲਿਆ 4/4 ਲੂਜ਼ ਪਾ ਕੇ ਆਪਾਂ ਲੈ ਲਿਆ ਵਾ। 9 × 36 = 37 ਇੰਚ 66 ਅਤੇ 9.5 ਵਾਲਾ ਲੈ ਲਿਆ ਵਾ, ਤਾਂ ਕਿ 2 ਇੰਚ ਆਪਾਂ ਐਕਸਟਰਾ ਅੱਗੇ ਮਾਰਜਨ ਰੱਖ ਲਿਆ ਵਾ। ਇਹਨੂੰ ਇੱਦਾਂ ਕਰਕੇ ਇਹਨੂੰ ਗਲਾਈ ਦੇ ਦੇਣੀ ਹੈ ਆਰਮ ਹੋਲ ਨੂੰ। ਜਿੱਦਾਂ ਨੋਰਮਲ ਤੁਸੀਂ ਕਟਿੰਗ ਕਰਦੇ ਹੋ, ਇੱਦਾਂ ਕਿ ਨੋਰਮਲ ਉਹਨੂੰ ਗਲਾਈ ਦੇ ਦੇਣੀ ਹੈ। ਜਿਹੜੀ ਤਾਂ ਉਸ ਤੋਂ ਬਾਅਦ ਇੱਥੇ ਆਪਾਂ ਕਮਰ ਰੱਖਣੀ ਆ, ਉਹ ਤੋਂ ਕਮਰ ਰੱਖਣ ਤੋਂ ਪਹਿਲਾਂ ਪਰ ਆਪਾਂ ਮੋਢੇ ਦੀ ਕਟਿੰਗ ਕਰ ਲਾਂਗੇ, ਤੁਹਾਨੂੰ ਬਾਅਦ 'ਚ ਦੱਸਦੇ ਹਾਂ। ਪਹਿਲੇ ਦੀ ਕਟਿੰਗ ਕਰ ਲੈਂਦੇ ਹਾਂ ਮੋਢੇ ਦੀ। ਇਹ ਮੋਢੇ ਕਟਿੰਗ ਹੋ ਗਏ ਨੇ। ਜਿਹੜਾ ਆਪਾਂ ਸ਼ਰਟ ਦਾ ਰੱਖੀਦਾ ਵਾ ਘੇਰਾ, ਜਿੱਦਾਂ ਹਿੱਪ ਤੋਂ 3 ਇੰਚ ਆਪਾਂ ਲੂਜ਼ ਪਾਈਦਾ, ਇਹ 'ਚੋਂ ਆਪਾਂ ਦੋਸਤੋ ਆਪਾਂ 'ਚ ਵੱਧ ਰੱਖਣਾ ਪੈਂਦਾ, ਤਾਂ ਕਿ ਜਿਹੜੀ ਪਲੇਟ ਪੈਂਦੇ ਨੇ ਉਹ ਪਲੇਟ ਪੈਣ ਨਾਲ ਥੋੜ੍ਹਾ ਘੇਰਾ ਛੋਟਾ ਹੋ ਜਾਂਦਾ ਵਾ। ਆਪਾਂ ਇਹ 7 ਹਿੱਪ ਤੋਂ 7-8 ਇੰਚ ਵੱਧ ਰੱਖਣਾ ਹੁੰਦਾ ਘੇਰਾ, 8 ਇੰਚ। ਦੇਖੋ ਆਪਾਂ ਕਮਰ ਦਾ ਨਿਸ਼ਾਨ ਲਗਾ ਲਿਆ ਵਾ 14 ਇੰਚ 'ਤੇ। ਇੱਥੇ ਚੈਸਟ ਦਾ ਫਿਰ ਨਿਸ਼ਾਨ ਲਗਾ ਲਾਂਗੇ, ਉਹ ਆਪਾਂ ਬੈਕ ਸਾਈਡ ਕੱਢੀ ਸੀ, ਆ ਸਾਹਮਣੇ ਆਪਾਂ ਉਲਟਾ ਕੇ ਆਪਾਂ ਇੱਥੇ ਲਗਾਉਣ ਦੇ ਨਿਸ਼ਾਨ। 16 ਇੰਚ ਦੀ ਕਮਰ ਆ, ਹਾਫ ਆਣਾ 8 ਇੰਚ, 8 ਇੰਚ ਦੇ ਆਪਾਂ ਨਿਸ਼ਾਨ ਲਗਾ ਲਾਂਗੇ। ਉਸ ਤੋਂ ਬਾਅਦ 'ਚੋਂ ਇੱਥੋਂ ਆਪਾਂ ਰੱਖਾਂਗੇ ਹਿੱਪ ਦਾ ਨਿਸ਼ਾਨ 15 ਇੰਚ ਦੇ। 15 ਇੰਚ ਨੇ ਨਿਸ਼ਾਨ ਲਗਾ ਲਿਆ ਵਾ, ਉੱਤੋਂ ਸਿਲਾਈ ਦਾ ਮਾਰਜਨ ਕੱਢ ਲਿਆ ਵਾ। ਇੱਥੇ ਹਿੱਪ ਦਾ ਨਿਸ਼ਾਨ ਲਗਾ ਲਾਂਗੇ, ਜਿੰਨੀ ਤੁਹਾਡੀ ਹਿੱਪ ਹੈ। ਹਿੱਪ ਹੈ 10 ਇੰਚ, ਮਤਲਬ ਕਿ 20 ਇੰਚ ਹਿੱਪ ਹੈ, 10 ਇੰਚ ਦਾ ਆਪਾਂ ਲਗਾ ਲਾਂਗੇ ਨਿਸ਼ਾਨ 4/4। ਜਿੰਨਾ ਤੁਸੀਂ ਉੱਧਰੋਂ ਇੱਦਾਂ ਵੀ ਆਪਾਂ ਨਿਸ਼ਾਨ ਲਗਾ ਲਾਂਗੇ, ਤਾਂ ਕਿ ਸਿੱਧਾ ਸਾਨੂੰ ਪਤਾ ਲੱਗ ਜਾਵੇ। ਉਸ ਤੋਂ ਬਾਅਦ 'ਚੋਂ ਆਪਾਂ ਨੂੰ ਤੁਹਾਨੂੰ ਦੱਸਿਆ ਕਿ ਲੈਣ ਦਾ ਕਰਕੇ ਲਗਾ ਲਈ ਆ। ਫਿਰ ਇਹ ਤੋਂ ਆਪਾਂ ਇੱਧਰਲੀ ਸਾਈਡ ਤੋਂ ਆਪਾਂ 5 ਇੰਚ ਦਾ ਨਿਸ਼ਾਨ ਲਗਾਵਾਂਗੇ। ਅੱਗੋਂ ਰੱਖਿਆ 3 ਇੰਚ ਕਮਰ ਤੋਂ, ਇੱਥੇ ਦੇਖੋ ਡਿਫਰੈਂਸ 3 ਇੰਚ ਹੈ। ਇੱਧਰੋਂ ਸਾਈਡ ਤੋਂ ਜਿੱਥੋਂ ਬੰਦ ਵਾਲੀ ਸਾਈਡ ਤੋਂ 5 ਇੰਚ ਦਾ ਆਪਾਂ ਨਿਸ਼ਾਨ ਲਗਾ ਲਿਆ ਸੀ, ਇੱਥੇ ਆਪਾਂ ਸਾਹਮਣੇ ਕਾਰਡ ਪਿੱਲੋ ਪਾ ਲਾਂਗੇ। ਜਿੰਨਾ 7 ਇੰਚ ਹੈ ਇੱਥੇ 7 ਇੰਚ ਰੱਖ ਕੇ ਇਹਦਾ ਨਿਸ਼ਾਨ ਲਗਾ ਲੈਣਾ, ਉਸ ਤੋਂ ਬਾਅਦ ਜਿੱਥੇ ਉਹ ਕਾਰਡ ਪਾ ਲੈਣੀ ਸਾਹਮਣੇ ਪੰਨੇ। ਜੇ ਤੁਹਾਨੂੰ ਨਾ ਕੁਝ ਸਮਝ ਲੱਗੇ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ।
ਵੀਡੀਓ ਜਿਹੜੀ ਹੈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਲਾਈਕ ਕਰ ਦਿਆ ਕਰੋ ਵੀਡੀਓ ਨੂੰ। ਇਹਨੂੰ ਦੇਖੋ, ਇਹਨੂੰ ਸਾਹਮਣੇ ਆਪਣਾ ਸਾਈਡ 'ਤੇ ਕਾਰਡ ਆਪਾਂ ਪਾ ਲਈ ਹੈ ਮੋਢੇ ਦੀ। ਇਹ ਹੁਣ ਆਪਾਂ ਸਾਹਮਣੇ ਕਟਿੰਗ ਕਰਨ ਲੱਗੇ ਹਾਂ, ਜਿੱਥੇ ਪਲੇਟ ਪਾਉਣੇ ਨੇ ਸਾਈਡ ਪਲੇਟ 'ਤੇ। ਜਿੱਥੇ ਆਪਾਂ ਨਿਸ਼ਾਨ ਲਗਾਇਆ ਸੀ 5 ਇੰਚ ਦਾ ਉੱਧਰਲੀ ਸਾਈਡ ਤੋਂ, ਉੱਥੋਂ ਤੱਕ ਆਪਾਂ ਕੱਟ ਲਗਾ ਦੇਣਾ ਵਾ। ਬਸ ਦੋਸਤੋ, ਇਹਦਾ ਧਿਆਨ ਰੱਖਣਾ ਇੱਕ ਵਾਰੀ ਕਿ ਇਹਦਾ ਘੇਰਾ ਕਟਿੰਗ ਕਰਨ ਲੱਗਿਆ, ਇਹਦਾ ਘੇਰਾ ਜਿਹੜਾ ਆਮ ਨੋਰਮਲ ਨਾਲੋਂ ਥੋੜ੍ਹਾ ਵੱਧ ਰੱਖਣਾ ਪੈਂਦਾ ਵਾ। ਸਾਡਾ ਇਹਦਾ ਘੇਰਾ ਆਪਾਂ ਟੋਟਲ ਤਿਆਰ ਹੈ 28 ਇੰਚ ਹੀ। ਇਹ ਜਿਹੜੀ ਸਾਈਡ ਦਾ ਆਪਾਂ ਕੱਟ ਕੀਤੀ ਆ, ਇੱਦਾਂ ਕੱਟ ਕਰ ਲਈ ਆ ਅਤੇ ਸਾਈਡ 'ਤੇ ਜਿਹੜੀ ਪੱਟੀ ਲੱਗੇਗੀ, ਦੋਵੇਂ ਪੀਸ ਕਟਿੰਗ ਹੋ ਗਏ ਫਰੰਟ ਬੈਕ। ਇਹਨੂੰ ਉਹ ਤੋਂ ਬਾਅਦ 'ਚੋਂ ਇੱਦਾਂ ਖੋਲ ਲੈਣਾ ਵਾ। ਜਿਹੜਾ ਵਾਧੂ ਕੱਪੜਾ ਵਾ, ਇਹ ਤੋਂ ਪਹਿਲਾਂ ਆਪਾਂ ਇੱਥੇ ਪਲੇਟ ਪਾਵਾਂਗੇ ਚੁੰਨਟਾਂ। ਇੱਦਾਂ ਕਰਕੇ ਨੂੰ ਚੁੰਨਟਾ ਪਾਵਾਂਗੇ ਆਪਾਂ। ਚੁੰਨਟਾ ਉਸ ਤੋਂ ਹਿਸਾਬ ਨਾਲ ਪਾਉਣੀ ਆ ਕਿ ਜਿਹੜਾ ਕੱਪੜਾ ਸਾਡਾ ਉਹਦੇ ਨਾਲ ਬਿਲਕੁਲ ਬਰਾਬਰ ਹੋ ਜਾਵੇ ਉਹਦੇ ਨਾਲ। ਬਸ ਇੰਨੀ ਕਿ ਪਾਣੀ ਆ ਅਤੇ ਸਾਈਡ ਥੋੜ੍ਹਾ ਜਿਹਾ 1.5 ਇੰਚ ਦਾ ਇੱਦਾਂ ਪਲੇਨ ਕੱਪੜਾ ਰਹਿੰਦਾ ਨਾ, ਤਾਂ ਕਿ ਜਿਹੜੀ ਕਮਰ 'ਚ ਸਿਲਾਈ ਲੱਗ ਸਕੇ ਸਿੱਧੀ 1.5 ਜਾਂ 2 ਇੰਚ ਤੱਕ। ਦੇਖੋ ਇੱਦਾਂ ਕਰਕੇ ਪਾ ਲਈ ਆ ਅਤੇ ਸਾਈਡ ਤੋਂ ਪਿੱਛੇ ਬੰਨੇ ਆਪਾਂ 1.5-2 ਇੰਚ ਕੱਪੜਾ ਛੱਡ ਲਿਆ ਵਾ। ਜਿਹਦੇ ਜਿਹੜਾ ਆਪਾਂ ਸਿਲਾਈ ਲਗਾਵਾਂਗੇ ਪਲੇਨ ਕੱਪੜੇ 'ਤੇ, ਜਿੱਦਾਂ ਆਮ ਨੋਰਮਲ ਲੱਗਦੀ ਉੱਦਾਂ ਹੀ ਆਏਗੀ। ਅਤੇ ਇਹ ਜਿਹੜਾ ਆਪਾਂ ਬਾਰਡਰ ਹੈ ਇੱਦਾਂ ਉਹ ਕਰਕੇ ਉੱਪਰ ਲਗਾ ਲਾਂਗੇ। ਇਹ ਆਪਾਂ ਜੋੜ ਤਾਂ ਲਗਾਇਆ ਬਾਰਡਰ ਹੀ ਘੱਟ, ਤੁਸੀਂ ਪੂਰਾ ਬਾਰਡਰ ਲਗਾਉਣਾ ਵਾ ਇਹਦੇ ਉੱਪਰ, ਬਿਲਕੁਲ ਇੱਦਾਂ ਹੀ ਲਗਾ ਦੇਣਾ ਤੁਸੀਂ ਇਹਦੇ ਉੱਧਰ। ਇਹਦਾ ਬਾਰਡਰ ਲਗਾ ਕੇ ਉੱਤੇ ਆਪਾਂ ਸਿਲਾਈ ਲਗਾ ਦੇਣੀ ਆ। ਬਿਲਕੁਲ ਸਫਾਈ ਨਾਲ ਲਗਾਉਣਾ ਵਾ। ਥੱਲੇ ਕੱਪੜੇ ਦੋਵੇਂ ਆਪਸ 'ਚ ਬਰਾਬਰ ਹੋਣੇ ਚਾਹੀਦੇ ਨੇ, ਅਤੇ ਉਹਦੇ ਉੱਪਰ ਕਰਕੇ ਇੱਦਾਂ ਲਗਾ ਦਿੰਦਾ ਵਾ। ਆਹ ਦੇਖੋ, ਉੱਪਰ ਇੱਦਾਂ ਕਰਕੇ ਸਿਲਾਈ ਲਗਾਈ ਜਾਣੀ ਆ। ਇਹ ਤੁਸੀਂ ਫਰੰਟ ਬੈਕ ਸੇਮ ਇਸੇ ਤਰੀਕੇ ਨਾਲ ਹੀ ਲਗਾ ਲੈਣੀ ਆ। ਦੇਖੋ ਇਸੇ ਤਰ੍ਹਾਂ ਇਹ ਲੱਗ ਗਈ ਹੈ, ਅਤੇ ਤੁਸੀਂ ਫਰੰਟ ਬੈਕ ਇੱਦਾਂ ਹੀ ਤੁਸੀਂ ਸੇਮ ਲਗਾ ਲੈਣੀ ਆ। ਇਹ ਜਦੋਂ ਆਪਾਂ ਸਿਲਾਈ ਛਾਤੀ ਕੰਮਾਂ ਦੀ ਸਿਲਾਈ ਕੱਢਾਂਗੇ, ਅਤੇ ਧਿਆਨ ਰੱਖਣਾ ਕਿ ਜਿਹੜੇ ਬਾਰਡਰ ਹੁੰਦੇ ਨੇ ਬਿਲਕੁਲ ਬਰਾਬਰ ਆਉਣੇ ਚਾਹੀਦੇ ਨੇ। ਇੱਦਾਂ ਕੰਮ ਨਿਸ਼ਾਨ ਲਗਾ ਕੇ
ਅਤੇ ਇੱਥੋਂ ਬਿਲਕੁਲ ਫਰੰਟ ਸਾਈਡ ਤੋਂ ਸਾਹਮਣੇ ਜਿਹੜੇ ਆਉਣੇ ਬਾਹਰਲੀ ਸਾਈਡ ਤੋਂ ਬਿਲਕੁਲ ਬਾਰਡਰ ਦਾ ਬਰਾਬਰ ਆਉਣੇ ਚਾਹੀਦੇ ਨੇ। ਇੱਕ ਪਲੇਟ ਤੋਂ ਉੱਧਰ ਆ ਗਏ ਅਤੇ ਅੱਧੇ ਬੈਕ ਸਾਈਡ ਅੱਧੇ ਫਰੰਟ ਸਾਈਡ ਆ ਜਾਣਗੇ। ਵੀਡੀਓ ਦੇਖਣਾ ਹੈ ਪੂਰੀ ਧਿਆਨ ਨਾਲ, ਤੁਹਾਨੂੰ ਸਟਿਚਿੰਗ ਕਰ ਦੱਸਣੇ ਆ, ਐਂਡ ਤੱਕ ਦੇਖਣਾ ਵੀਡੀਓ। ਉਹ ਤੋਂ ਬਾਅਦ ਜੋ ਆ ਨੈੱਕ ਕਟਿੰਗ ਕਰਨਾ ਵਾ ਇੱਧਰ 3 ਇੰਚ, ਇੱਥੇ ਲੋਪਾ ਲਵਾ, ਉੱਥੋਂ ਸਿਲਾਈ ਦਾ ਮਾਜਨ ਰੱਖ ਕੇ ਥੱਲੇ ਵੀ 3 ਇੰਚ ਦਾ ਇੱਦਾਂ ਕਰਕੇ ਨਿਸ਼ਾਨ ਕਰ ਲਵਾਂਗੇ। ਇਹਨੂੰ ਥੋੜ੍ਹੀ ਆਪਾਂ ਇੱਦਾਂ ਸ਼ੇਪ ਕਰ ਰੱਖਣੀ ਆ ਗਲਾਈ 'ਚ। ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਨੈੱਕ ਕਟਿੰਗ ਕਰ ਸਕਦੇ ਹੋ ਜਿਹੜਾ ਤੁਸੀਂ ਬਣਾਉਣਾ ਵਾ। ਬੈਕ ਸਾਈਡ ਤੋਂ ਆਪਾਂ ਨੈੱਕ ਕਟਿੰਗ ਕਰ ਲਵਾਂਗੇ। ਇਹ ਤੁਹਾਨੂੰ ਗਲਾਈ ਥੋੜ੍ਹੀ ਜਿਹੀ ਦੇ ਦਾਂਗੇ, ਜ਼ਿਆਦਾ ਨਹੀਂ। ਸਾਹਮਣੇ ਲੱਗਣਾ ਫਰੰਟ ਸਾਈਡ 'ਤੇ ਬਟਨ, ਇੱਕ ਬਟਨ ਦੇਖੋ, ਨੈੱਕ ਕਟਿੰਗ ਹੋ ਗਿਆ ਵਾ। ਦੇਖੋ ਇਸ ਤਰ੍ਹਾਂ ਦਾ ਆ ਜਾਏਗਾ ਨੈੱਕ ਫਰੰਟ ਸਾਈਡ ਦਾ। ਇਹਨੂੰ ਆਪਾਂ ਗਲੇ ਨੂੰ ਉਲਟਾ ਲਵਾਂਗੇ, ਸਿਲਾਈ ਲਗਾ ਕੇ ਥੱਲੇ ਕੱਪੜਾ ਰੱਖ ਕੇ। ਇੱਦਾਂ ਕਰਕੇ ਸਿਲਾਈ ਲਗਾਈ ਜਾਣੀ ਆ ਅਤੇ ਗਲਾ ਤੁਹਾਡਾ ਨੂੰ ਪਲਟ ਲੈਣਾ ਵਾ। ਦੇਖੋ ਕੱਪੜਾ ਇੱਦਾਂ ਲਗਾ ਲਿਆ ਵਾ, ਇਹਨੂੰ ਇੱਦਾਂ ਕਰਕੇ ਪਲਟ ਲੈਣਾ। ਇੱਦਾਂ ਕਰਕੇ ਇਹ ਡੋਰੀ ਇੱਕ ਲੂਪਸ ਬਣਾ ਲੈਣੀ ਆ, ਉਹਦੇ ਵਿੱਚ ਪਹਿਲੇ ਲੂਪਸ ਤੋਂ ਹੀ ਲਗਾ ਲੈਣੀ ਆ ਗਲੇ 'ਤੇ ਜਦੋਂ ਸਿਲਾਈ ਲਗਾਈ ਸੀ। ਫਰੰਟ ਸਾਈਡ ਨੈੱਕ ਵੀ ਉਲਟ ਗਿਆ ਅਤੇ ਬੈਕ ਸਾਈਡ ਵੀ ਸੇਮ ਇੱਦਾਂ ਹੀ ਉਲਟਾਉਣਾ ਸੀ ਜਿੱਦਾਂ ਫਰੰਟ ਉਲਟਾਇਆ ਸੀ। ਇਸ ਤੋਂ ਬਾਅਦ ਆਪਾਂ ਚੈਸਟ ਕਮਰ ਦੀ ਆਪਾਂ ਸਿਲਾਈ ਕੱਢ ਲਵਾਂਗੇ। ਗਲੇ 'ਤੇ ਤੁਸੀਂ ਇੱਦਾਂ ਕਰਕੇ ਅੰਦਰ ਨੂੰ ਕੱਪੜਾ ਫੋਲਡ ਕਰ ਲੈਣਾ ਵਾ ਜਿਹੜਾ ਤਰਪਾਈ ਕਰ ਦੇਣੀ ਹੈ। ਚੈਸਟ ਦੀ ਆਪਾਂ ਸਿਲਾਈ ਕੱਢ ਲਵਾਂਗੇ, ਕਮਰ ਦੀ ਕੱਢ ਲਵਾਂਗੇ ਰੱਖ ਕੇ, ਚੈਸਟ ਕਮਰ ਜਿੰਨੀ ਰੱਖੀ ਦੀ ਹੈ। ਔਰ ਇਹ ਸੈਂਟਰ ਰੱਖ ਕੇ ਜਦੋਂ 16 ਕਮਰ ਆ, 16 ਇੰਚ 'ਤੇ ਆਪਾਂ ਇੱਥੇ ਨਿਸ਼ਾਨ ਲਾ ਲਵਾਂਗੇ। ਇੱਥੋਂ ਬਿਲਕੁਲ ਬਰਾਬਰ ਪੱਟੀਆਂ ਆਉਣੀਆਂ ਚਾਹੀਦੀਆਂ ਜਿਹੜੇ ਬਾਰਡਰ ਆਪਾਂ ਲਗਾਏ ਨੇ, ਵੱਧ ਉੱਪਰ ਥੱਲੇ ਨਹੀਂ ਹੋਣਾ ਚਾਹੀਦਾ। ਦੋਸਤੋ ਸਟਿਚਿੰਗ ਤਾਂ ਮੈਂ ਦੱਸ ਲੱਗਾ, ਤੁਹਾਨੂੰ ਪਤਾ ਲੱਗ ਜਾਏ ਕਿ ਇਹਦੀ ਜਿਹੜੀ ਸਟਿਚਿੰਗ ਕਿੱਦਾਂ ਕਰੀ ਦੀ ਹੈ ਪਲੇਟਸ ਵਾਲੇ ਦੀ, ਸਾਈਡ ਪਲੇਟ ਵਾਲੇ ਦੀ ਜਿਹੜੇ ਆਪਾਂ ਸਾਈਡ ਤੋਂ ਬੰਦ ਹੈ। ਇਹਦੇ ਆਪਾਂ ਤੁਸੀਂ ਚਾਕ ਵੀ ਰੱਖ ਸਕਦੇ ਹੋ, ਆਪਾਂ ਬੰਦ ਕੀਤੇ ਨੇ ਸਿਲਾਈ ਲਗਾ ਕੇ। ਹਿੱਪ ਦਾ ਨਿਸ਼ਾਨ ਹੈ ਅਤੇ ਹਿੱਪ ਦੇ ਇੱਦਾਂ ਕਰਕੇ ਸਿਲਾਈ ਲਿਆਉਂਦੇ ਲਿਆਉਂਦੇ ਨੂੰ ਸਿਲਾਈ ਲਗਾ ਲਵਾਂਗੇ। ਜਿੱਥੇ ਲੈਣ ਪੂਰੀ ਸਿਲਾਈ ਲਗਾ ਲੈਣੀ। ਬਾਅਦ ਦੂਸਰੀ ਸਾਈਡ ਵੀ ਤੁਸੀਂ ਇੱਦਾਂ ਹੀ ਚੈਸਟ ਕਮਰ ਦੀ ਸਿਲਾਈ ਕੱਢ ਲੈਣੀ ਆ। ਸਾਈਡ ਤੋਂ ਜਿਹੜਾ ਥੱਲੋਂ ਆ ਬੈਕ ਸਾਈਡ ਤੋਂ ਉਹਨੂੰ ਇੱਦਾਂ ਕਰਕੇ ਫੋਲਡ ਕਰ ਲਵਾਂਗੇ, ਕਿਉਂਕਿ ਫਰੰਟ ਸਾਈਡ ਹੀ ਕਢਾਈ ਸੀ, ਉਹ ਅੰਦਰ ਫਰੰਟ 'ਤੇ ਉਹ ਬੰਦ ਹੋਇਆ ਦਾ ਸੀ ਅਤੇ ਬੈਕ ਸਾਈਡ 'ਤੇ ਵਧਾਵਾਂ ਹੀ ਕੱਪੜਾ ਸੀ, ਉਹਨੂੰ ਅੰਦਰ ਫੋਲਡ ਕਰ ਲੈਣਾ ਵਾ। ਉਹਨੂੰ ਦੂਸਰੇ ਪੰਨੇ ਵੀ ਚੈਸਟ ਦੀ ਇੱਦਾਂ ਸਿਲਾਈ ਲਗਾ ਲੈਣੀ ਆ ਅਤੇ ਕੰਮ ਨੂੰ ਸਿਲਾਈ ਲਗਾ ਲੈਣੀ ਆ। ਇੱਥੋਂ ਬਰਾਬਰ ਪੱਟੀ ਰੱਖ ਕੇ ਸੇਮ, ਇਹ ਜ਼ਰੂਰ ਧਿਆਨ ਦੇਣਾ ਕਿ ਥੱਲੋਂ ਬਰਾਬਰ ਆਉਂਦੇ ਨੇ ਬਾਰਡਰ। ਦੋਸਤੋ ਇੱਕ ਵਾਰ ਮੈਂ ਫੇਰ ਕਹਿੰਦਾ, ਵੀਡੀਓ 'ਚ ਸਾਡੀ ਚੰਗੀ ਲੱਗਦੀ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ। ਇਸੇ ਤਰ੍ਹਾਂ ਜਿਹੜੀ ਹੁੰਦੀ ਆ ਸਾਈਡ ਪਲੇਟ ਵਾਲੀ ਜਿਹੜੀ ਹੁੰਦੀ ਆ ਕੁੜਤੀ ਇੱਦਾਂ ਬਣਾਈ ਦੀ ਆ,
ਸਾਡਾ ਇੰਸਟਾਗ੍ਰਾਮ ਚੈਨਲ ਹੈ ਬਹੁਤ ਰਾਜ ਲੇਟਸ ਟੇਲਰ ਚੈਨਲ ਨੂੰ ਫੋਲੋ ਜ਼ਰੂਰ ਕਰੋ। ਇੱਥੇ ਬਟਨ ਲੱਗ ਜਾਣਾ, ਬਹੁਤ ਹੀ ਪਿਆਰੀ ਲੁੱਕ ਇਹਦੀ ਆਉਂਦੀ ਹੈ। ਸਾਈਡ ਦੇ ਬੈਕ ਸਾਈਡ 'ਤੇ ਇੱਦਾਂ ਪਲੇਟਸ ਆ ਜਾਣਗੇ। ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ। ਥੈਂਕ ਯੂ ਫੋਰ ਵਾਚਿੰਗ ਵੀਡੀਓ।